ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦ ਦਾ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੌਸਮ ਪੰਜਾਬ ਕਿ ਅੱਜ 8 ਸਤੰਬਰ ਨੂੰ ਪੰਜਾਬ ਦੇ ਮੌਸਮ ਵਿੱਚ ਕੀ ਹਲਚਲ ਹੋਵੇਗੀ ਕਿਹੜੇ ਇਲਾਕਿਆਂ ਵਿੱਚ ਮੀਂਹ ਦੇ ਅਸਰ ਬਣਦੇ ਨਜ਼ਰ ਆ ਰਹੇ ਨੇ ਤੋ ਸਭ ਤੋਂ ਪਹਿਲਾਂ ਉਹਨਾਂ ਇਲਾਕਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਸਵੇਰ ਦੇ ਸਮੇਂ ਤੋਂ ਬੱਦਲਵਾਈ ਦੇਖਣ ਨੂੰ ਮਿਲੂਗੀ ਜਾਂ ਮੀਂਹ ਦੇ ਹਾਲਾਤ ਵੰਡਗੇ ਤੇ ਉਸ ਤੋਂ ਪਹਿਲਾਂ ਜੇਕਰ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਸੂਬੇ ਪੰਜਾਬ ਦੇ ਵਿੱਚ ਸਵੇਰ ਦੇ ਸਮੇਂ ਤੋਂ ਅਜੇ ਚੰਗੀ ਰਫ਼ਤਾਰ ਦੇ ਪੂਰਬੀ ਦਿਸ਼ਾ ਤੋਂ ਵਗਣਗੀਆਂ ਕਈ ਇਲਾਕਿਆਂ ਵਿੱਚ ਹਵਾਵਾਂ ਦੀ ਗਤੀ ਥੋੜੀ ਜੀ ਤੇਜ਼ ਵੀ ਹੋ ਸਕਦੀ ਹੈ 10 ਤੋਂ ਲੈ ਕੇ 35-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਇਸ ਦੇ ਨਾਲ ਹੀ ਹੁਣ ਜੇ ਬੱਦਲਵਾਈ ਦੀ ਗੱਲ ਕਰੀਏ ਤਾਂ ਬੱਦਲਵਾਈ ਜਿਹੜੀ ਸਭ ਤੋਂ ਪਹਿਲਾਂ ਪੰਜਾਬ ਦੇ ਪੱਛਮੀ ਸਰਹੱਦੀ ਮਾਜਾ ਦੇ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੂਗੀ ਜਿਸ ਦੇ ਵਿੱਚ ਗੱਲ ਕਰੀਏ ਜਿਵੇਂ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਅਮਰਸਰ ਹੋ ਗਿਆ ਇਨ੍ਹਾਂ ਤੇ ਨਾਲ ਕੁਝ ਪਾਕ ਤਰਨਤਾਰਨ ਸਾਹਿਬ ਦੇ ਇਨ੍ਹਾਂ ਦੇ ਸਰਹੱਦੀ ਖੇਤਰਾਂ ਵਿੱਚ ਲਗਭਗ 6 ਵਜੇ ਦੇ ਆਸ-ਪਾਸ ਤੋਂ ਇਹ ਬੱਦਲਬਾਈ ਬਣਨੀ ਸ਼ੁਰੂ ਹੋ ਜਾਵੇਗੀ ਅਤੇ ਅਗਲੇ ਘੰਟਿਆਂ ਵਿੱਚ ਬੱਦਲਬਾਈ ਹੋਰ ਸੰਘਣੀ ਹੋਵੇਗੀ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਹੋਰ ਜ਼ਿਆਦਾ ਇਲਾਕਿਆਂ ਨੂੰ ਵੀ ਕਵਰ ਕਰੇਗੀ ਸੋ ਇਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਸਾਰੇ ਜਿਹੜੇ ਜ਼ਿਆਦਾ ਮੜ ਰਹੇ ਨੇ ਬਾਕੀ ਇਲਾਕਿਆਂ ਦੇ ਮੁਕਾਬਲੇ ਟੋਟੇ ਮੇ ਰੂਪ ਵਿੱਚ ਹਾਲਾਂਕਿ ਬਰਸਾਤ ਹੋਵੇਗੀ ਇਹਨਾਂ ਜ਼ਿਲ੍ਹਿਆਂ ਦੇ ਕੁਝ ਭਾਗ ਜਿਹੇ ਵੀ ਰਹਿਣਗੇ ਜਿਹੜੇ ਖੁਸ਼ਕ ਵੀ रह ਸਕਦੇ ਨੇ ਤੇ ਇਸ ਤੋਂ ਬਾਅਦ ਜੇਕਰ ਇਹ ਬੱਦਲੀ ਸਿਸਟਮ ਇਸੇ ਤਰ੍ਹਾਂ ਪੂਰਬੀ ਦਿਸ਼ਾ ਨੂੰ ਅੱਗੇ ਵਧੇਗਾ ਤਾਂ ਹੁਸ਼ਿਆਰਪੁਰ ਦੇ ਸਮੇਤ ਜਲੰਧਰ ਹੋ ਗਿਆ ਕਪੂਰਸਲਾ ਹੋ ਗਿਆ ਇਸ ਤਰ੍ਹਾਂ ਫਿਰੋਜ਼ਪੁਰ ਅਤੇ ਕੁਝ ਮੋਗੇ ਜ਼ਿਲ੍ਹੇ ਦੇ ਇਲਾਕਿਆਂ ਨੂੰ ਕਵਰ ਕਰੇਗਾ ਸੋ ਇਹਨਾਂ ਇਲਾਕਿਆਂ ਵਿੱਚ ਵੀ ਆਉਣ ਵਾਲੇ 2 ਤੋਂ ਲੈ ਕੇ 5 ਘੰਟਿਆਂ ਤੱਕ ਮੀਂਹ ਪੈਣ ਦੇ ਜਿਹੜੇ ਬੱਦਲ ਵਾਈ ਦੇ ਅਸਰ ਬਣ ਰਹੇ ਨੇ ਤੇਜ ਤੋਂ ਬਿਨਾਂ ਜਿਹੜੇ ਪੰਜਾਬ ਦੇ ਪੂਰਬੀ ਇਲਾਕੇ ਹੋਣਗੇ ਜਿਵੇਂ ਪਟਿਆਲਾ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਫਿਰ ਐਸ ਵੀ ਐਸ ਨਗਰ ਹੋ ਗਿਆ ਲੁਧਿਆਣਾ ਜਿੱਲੇ ਦੇ ਪੂਰਬੀ ਭਾਗ ਹੋਗੇ ਸੰਗਰੂਰ ਮਾਨਸਾ ਹੋ ਗਿਆ ਤੇ ਦੱਖਣੀ ਇਲਾਕਿਆਂ ਵਿੱਚ ਬਠਿੰਡਾ ਹੋ ਗਿਆ ਮੁਕਸਰ ਹੋ ਗਿਆ ਬਰਨਾਲ ਇਹਨਾਂ ਇਲਾਕਿਆਂ ਵਿੱਚ ਜਿਹੜਾ ਮੌਸਮ ਹੈ ਫਿਲਹਾਲ ਹਾਲੇ ਸਵੇਰ ਤੋਂ ਲੈ ਕੇ ਅਗਲੇ 3-4 ਘੰਟੇ ਤੱਕ ਸਾਫ਼ ਬਣੇ ਰਹੇਗਾ ਦੁਪਹਿਰ ਤੋਂ ਬਾਅਦ ਹੋ ਸਕਦਾ ਹੈ ਕਿ ਇਹਨਾਂ ਇਲਾਕਿਆਂ ਵਿੱਚ ਵੀ ਟੁੱਟਵੀਂ ਬੱਦਲਬਾਜ਼ੀ ਬਣ ਸਕਦੀ ਹੈ ਤੇ ਮੀਂਹ ਦੇ ਹਾਲਾਤ ਬਣਦੇ ਨਜ਼ਰ ਆ ਸਕਦੇ ਨੇ ਫਿਲਹਾਲ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਿਹੜਾ ਮੌਸਮ ਹੈ ਮੇਨ ਤੌਰ ਤੇ ਮਾਝੇ ਦਾ ਖੇਤਰ ਦੇ ਨਾਲ ਦੋਆਬੇ ਦਾ ਇਹਨਾਂ ਇਲਾਕਿਆਂ ਵਿੱਚ ਪ੍ਰਭਾਵਿਤ ਰਹੇਗਾ ਅਤੇ ਨਾਲ ਲੱਗਦੇ ਕੁਝ ਜਿਹੜੇ ਮਾਲਵੇ ਦੇ ਇਲਾਕੇ ਹੋਣਗੇ ਜਿਵੇਂ ਲੁਧਿਆਣਾ ਹੋ ਗਿਆ ਮੋਗੇ ਜ਼ਿਲ੍ਹੇ ਦੇ ਭਾਗ ਹੋਗੇ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਕੁਝ ਇਲਾਕੇ ਸੋ ਇਹਨਾਂ ਇਲਾਕਿਆਂ ਵਿੱਚ ਵੀ ਥੋੜੀ ਬਹੁਤ ਮੌਸਮੀ ਹਲਚਲਪਨ ਦੇਖਣ ਨੂੰ ਮਿਲ ਸਕਦੀ ਹੈ ਟੁੱਟਵੇਂ ਰੂਪ ਵਿੱਚ ਬੱਦਲਬਾਹੀ ਪਹੁੰਚ ਸਕਦੀ ਹੈ ਤੇ ਬਾਕੀ ਦੁਪਹਿਰ ਤੋਂ ਬਾਅਦ ਜੋ ਵੀ ਅਪਡੇਟ ਆਵੇਗੀ ਉਹ ਆਪਾਂ ਅਗਲੀ ਵੀਡੀਓ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਲਗਾਤਾਰ ਮੌਸਮ ਪੰਜਾਬ ਦੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਜੁੜੇ ਰਹੋ